मेरे वाली गलती कोई मुंडा ना करे, कोई बच्चा ना करे। नशे करता रहा, मेरा यह हाल हो गया। एहो जहा कोई काम ना करे मुंडा, जो जहो जहा हाल हो गए, अपनी मां नूं पछतावे। मैं पछता रहा, तो यह ना हो कल नूं तुसीं वी। मैनूं बड़ा वड्डा दुख लग गया। मैनूं ही पता है, मेरी 30 साल की उम्र है कि मैं हूँ बचना चाहना वा, तो हूँ मेरे को कोई चारा नहीं। हूँ परमात्मा ने बचाएगा, बाकी अपनी माँ का मैं सेवा करना चाहता। जो ठीक हो गया मैं अपनी माँ की सेवा कर। कोई भी नशा ना कर, कोई वीर नशा ना करे, मेरा हाल वेल। गुरु जी का खालसा, वाहेगुरु जी की फतेह। आ वेल लो मेरा बच्चा, मेरा पुत्र वेल लो, जवान 30 साल का जवान पुत्र। आ शराब ने बेड़ा गर्क करता मेरे बच्चे का। अज मेरा बच्चा जिंदगी तो मौत के विचकार लड़ रहा। ये बच्चों तुहानू सब नू मेरी और तो तकीद हैगी। एक एक मेरी बेनती है तुहानू सारयां मुंडियां खास करके जिहड़े जिहड़ी उम्र दे आ, वो नशियां विच ना पवो, क्योंकि अज वह पछता रहे अपनी कीती दे। उहदे हाथ वास हुण कुछ नहीं गा, ना मेरे हाथ वास। क्यों, मैं बड़ा मैं लाज करा चुकी हाँ, बड़ा मैं बड़े थावां ते धक्के खा चुकी हाँ, पर हुण मैं अंड ते आके बह गई हाँ। पर हुण जो इन्हें गलती की आ, गां तुसीं ना करियो, मेरे बच्चे हो, मेरे पुत्र हो, क्योंकि वह तो अपनी गलती तो पछता ही रहा वा। पर जिहड़ी मैं हुण इहदे नाल सज़ा भुगनी है ना, वह मैनू पता वा। साड़ी बहुत हैल्प की है, उन्होंने सानू होस्पिटल तक पहुँचाया। उन्होंने तो कहा इलाज का जिन्ना भी खर्चा है असं करांगे, पर उन्होंने जब डॉक्टर ने सानू कहता कि यहाँ कोई बचन का कोई चांस नहीं है, तो फिर वो बेचारे की कर सकते। उन्होंने चलो हजे तक भी साड़ी हैल्प की है, सानू राशन वास्ते पैसे दिते है, साड़िया हूँ तक दवाइया जो साड़िया गांह तक दवाइया वह भी वो साड़ी सहायता करेंगे। बाकी उन्होंने साड़ी बहुत मदद की है, उन्होंने साडा तेह दिलों बहुत बहुत शुक्रिया, बहुत बहुत धन्यवाद। बाकी हूँ तुसी यह गलती ना बचे हो करियो, पुत्रो मेरे हो, जो गलती मेरे पुत्र ने की है वो अपनी गलती तो बहुत पछता रहे। वे लो 30 साल की उम्र, मैं ये विआह बारे सोचती पी, पर मैं बहुत वड्डा सदमा दिता। मैं कुछ नहीं कर सकती हूँ, तो मेरी सारे अगे बेनती है, वास्ते अरदास करियो हजे भी कोई जे टुट्टी गंढ दे महाराज ते ਇਹਦੇ ਵਾਸਤੇ ਦੁਆ ਕਰਿਓ ਕਿ ਠੀਕ ਹੋ ਜਾਵੇ ਬਸ। ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਸੋ ਗੁਰੂ ਪਿਆਰਿਓ, ਅਰਵਿੰਦ ਕੁਮਾਰ ਜੀ ਦੇ ਘਰ ਆਇਆ। 2 ਦਿਨ ਪਹਿਲੇ ਭਾਈ ਸਾਹਿਬ ਨੂੰ ਹਸਪਤਾਲ ਦਾਖਲ ਕਰਵਾਇਆ ਸੀ ਅਰਵਿੰਦ ਕੁਮਾਰ ਜੀ ਨੂੰ, ਅਤੇ ਅਰਵਿੰਦ ਕੁਮਾਰ ਜੀ ਨੂੰ ਅੱਜ ਜਿਹੜਾ ਜਵਾਬ ਦਿੱਤਾ ਡਾਕਟਰ ਨੇ, ਇਹਨਾਂ ਦਾ ਜਿਹੜਾ ਲੀਵਰ ਹੈਗਾ ਉਹ ਡੈਮੇਜ ਹੈ, ਲੀਵਰ ਕੰਮ ਨਹੀਂ ਕਰ ਰਿਹਾ। ਅਤੇ ਭਾਈ ਸਾਹਿਬ ਨੂੰ ਡਾਕਟਰ ਨੇ ਜਵਾਬ ਦਿੱਤਾ, ਕਿਉਂਕਿ ਲਾਸਟ ਜਿਹੜੀ ਸਟੇਜ ਸੀ ਉਸ ਸਟੇਜ 'ਤੇ ਭਾਈ ਸਾਹਿਬ ਆ ਗਏ ਹੈ, ਲੇਕਿਨ ਦਵਾਈਆਂ ਦੇ ਨਾਲ ਫਰਕ ਪੈ ਜਾਏਗਾ ਅਤੇ ਦਵਾਈਆਂ ਜਿਹੜੀਆਂ ਲੌਂਗ ਟਰਮ ਚੱਲਣਗੀਆਂ। ਸੋ ਗੁਰੂ ਪਿਆਰਿਓ, ਭਾਈ ਸਾਹਿਬ ਨੇ ਵੀ ਬੇਨਤੀ ਕੀਤੀ ਹੈ ਕਿ ਜਿਹੜੀਆਂ ਗਲਤੀਆਂ ਇਹਨਾਂ ਦੇ ਕੋਲ ਹੋਈਆਂ, ਪਛਤਾਵਾ ਇਹਨਾਂ ਨੂੰ ਬਹੁਤ ਜ਼ਿਆਦਾ ਹੈ। ਇੱਕ ਮਾਂ ਦੇ ਲਈ ਕੀ ਬੀਤਦੀ ਹੋਏਗੀ, 30 ਸਾਲ ਦਾ ਇੱਕ ਜਵਾਨਿਤ ਪੁੱਤਰ ਜਿਹਨੂੰ ਡਾਕਟਰਾਂ ਨੇ ਜਵਾਬ ਦੇ ਦਿੱਤਾ ਹੈ। ਸੋ ਭਾਈ ਸਾਹਿਬ ਨੂੰ ਵੀ ਬੇਨਤੀ ਕੀਤੀ ਹੈ ਕਿ ਕੋਈ ਵੀ ਵੀਰ ਜਿਹੜਾ ਨਸ਼ੇ ਕਰਦਾ, ਟੀਕੇ ਸ਼ਰਾਬ ਜਾਂ ਕਿਸ ਤਰ੍ਹਾਂ ਦਾ ਵੀ ਕੋਈ ਇੱਕ ਨਸ਼ਾ ਕਰਦਾ ਹੈ, ਸੋ ਇੱਕ ਵਾਰੀ ਆਪਣੀ ਮਾਵਾਂ ਦਾ ਖਿਆਲ ਜ਼ਰੂਰ ਕਰਿਆ ਕਰਿਓ, ਕਿਉਂਕਿ ਮਾਵਾਂ ਜਿਹੜੀਆਂ ਤੁਹਾਡੇ ਸਿਰ 'ਤੇ ਜਿਉਂਦੀਆਂ ਨੇ। ਸੋ 30 ਸਾਲ ਦੀ ਉਮਰ ਦੇ ਵਿੱਚ ਅਰੁਣ ਕੁਮਾਰ ਐਡੀ ਜਿਹੜੀ ਭੈੜੀ ਬਿਮਾਰੀ ਦਾ ਜਿਹੜਾ ਰੋਗ ਦਾ ਸ਼ਿਕਾਰ ਹੋ ਗਿਆ, ਉਹਦਾ ਕਾਰਨ ਹੈ ਨਸ਼ੇ। ਸੋ ਜਿਹੜਾ ਵੀ ਵੀਰ ਇਸ ਵੀਡੀਓ ਨੂੰ ਦੇਖ ਰਿਹਾ ਹੈ, ਉਹ ਇਸ ਵੀਡੀਓ ਨੂੰ ਉਹਨਾਂ ਤੱਕ ਜ਼ਰੂਰ ਪਹੁੰਚਾਇਓ, ਜੇ ਕੋਈ ਤੁਹਾਡਾ ਯਾਰ ਦੋਸਤ ਕੋਈ ਨਸ਼ਾ ਕਰਦਾ ਹੈ ਉਹਨੂੰ ਦਿਖਾਇਓ ਇਹਨਾਂ ਦੀ ਹਾਲਾਤ। ਸੋ ਅਰੁਣ ਕੁਮਾਰ ਜੀ ਜੀਉਣਾ ਚਾਹੁੰਦੇ ਨੇ, ਗੁਰੂ ਸਾਹਿਬ ਦੇ ਹੱਥ ਵਾਸ ਹੈ, ਗੁਰੂ ਸਾਹਿਬ ਜਿਹੜੀ ਇੱਕ ਟੁੱਟੀ ਗੰਢਣ ਹਾਰ ਹੈ, ਅਕਾਲ ਪੁਰਖ ਮਿਹਰ ਕਰਨ ਇਹਨਾਂ ਦੇ ਉੱਤੇ, ਇਹਨਾਂ ਦਾ ਜਿਹੜਾ ਦੁੱਖ ਰੋਗ ਹੈ ਉਹ ਮਿਟਾ ਦੇਣ। ਸੋ ਇੱਕ ਮਾਂ ਦੇ ਲਈ ਅਸੀਂ ਵੀ ਅਰਦਾਸ ਕਰਾਂਗੇ ਕਿ ਇਹਨਾਂ ਦੀ ਜਿਹੜੀ ਜ਼ਿੰਦਗੀ ਹੈ ਸੋਹਣੀ ਹੋ ਜਾਏ। ਸੋ ਗੁਰੂ ਪਿਆਰਿਓ, ਭੈਣ ਜੀ ਹੋਰਾਂ ਨੂੰ ਮਾਇਆ ਦੇ ਦਿੱਤੀ ਗਈ ਹੈ ਰਾਸ਼ਨ ਦੇ ਵਾਸਤੇ, ਅਤੇ ਅਰੁਣ ਕੁਮਾਰ ਜੀ ਦੀ ਜਿਹੜੀ ਦਵਾਈ ਹੈ ਉਹ ਪ੍ਰੋਪਰ ਵੇ ਨਾਲ ਚੱਲਦੀ ਰਹੇਗੀ, ਸਾਡੇ ਵੱਲੋਂ ਕੋਈ ਇਹਨਾਂ ਤੋਂ ਪੈਸਾ ਨਹੀਂ ਲਿਆ ਜਾਏਗਾ। ਜਿੰਨੀ ਦਵਾਈ ਚੱਲੇਗੀ ਘਰ ਦੇ ਵਿੱਚ ਉਹ ਸਾਰੀ ਦਵਾਈ ਸਾਡੇ ਵੱਲੋਂ ਇਹਨਾਂ ਨੂੰ ਫ੍ਰੀ ਦਿੱਤੀ ਜਾਏਗੀ।
ਸੋ ਅਰਨ ਕੁਮਾਰ ਜੀ ਦੇ ਲਈ ਅਸੀਂ ਅਰਦਾਸ ਕਰਾਂਗੇ ਕਿ ਗੁਰੂ ਸਾਹਿਬ ਕਿਰਪਾ ਕਰਨ, ਇਹਨਾਂ ਦਾ ਜਿਹੜਾ ਰੋਗ ਹੈ ਉਹ ਠੀਕ ਹੋ ਜਾਵੇ, ਇੱਕ ਮਾਂ ਦੇ ਲਈ ਜਿਹੜਾ ਇਹਨਾਂ ਦਾ ਜਿਹੜਾ ਪੁੱਤਰ ਹੈ ਉਹ ਜਿਉਂਦਾ ਹੀ ਉਹਨਾਂ ਦੀ ਅੱਖਾਂ ਦੇ ਸਾਹਮਣੇ ਰਹੇ। ਸੋ ਇੰਨੀਆਂ ਕੁ ਬੇਨਤੀਆਂ, ਖਾਲਸਾ ਜੀਓ, ਵਾਹਿਗੁਰੂ ਜੀ ਕਾ ਖਾਲਸਾ, ਸ਼੍ਰੀ ਵਾਹਿਗੁਰੂ ਜੀ ਕੀ ਫਤਿਹ।